ਜਰਾ ਗੁਰਦਾਸਪੁਰ ਦੇ ਪਿੰਡ ਪੋਜਰਾਜ ਦੇ ਰਹਿਣ ਵਾਲੇ ਸੂਬੇਦਾਰ ਸਤਨਾਮ ਸਿੰਘ ਪਿਛਲੇ ਸਾਲ ਚੀਨ ਦੀ ਨਾਪਾਕ ਹਰਕਤ ਦੇ ਦੌਰਾਨ ਝੜਪ ਵਿੱਚ ਗਲਵਾਨ ਘਾਟ ਵਿੱਚ ਸ਼ਹੀਦ ਹੋ ਗਏ ਸਨ। ਇੱਕ ਸਾਲ ਹੋਣ 'ਤੇ ਸ਼ਹੀਦ ਸੂਬੇਦਾਰ ਸਤਨਾਮ ਦੀ ਯਾਦ ਵਿੱਚ ਪਹਿਲਾ ਬਰਸੀ ਸਮਾਗਮ ਕੱਲ੍ਹ 16 ਜੂਨ ਨੂੰ ਉਨ੍ਹਾਂ ਘਰ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਹੀਦ ਸਤਨਾਮ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਦੀ ਪਤਨੀ ਜਸਵਿੰਦਰ ਕੌਰ ਅਤੇ ਭਰਾ ਸੁਖਚੈਨ ਸਿੰਘ, ਜੋ ਖੁਦ ਫੌਜ ਵਿੱਚ ਨੌਕਰੀ ਕਰ ਰਹੇ ਹਨ, ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਲਗਭਗ ਪੂਰੇ ਕੀਤੇ ਗਏ ਹਨ। ਸ਼ਹੀਦ ਦੇ ਨਾਂ 'ਤੇ ਗੇਟ ਬਣਾਇਆ ਜਾ ਰਿਹਾ ਹੈ। ਫਿਰ ਵੀ ਚਲੋ ਟਾਈਮ ਪਾਸ ਹੀ ਆ ਜੀਵਨ 'ਤੇ, ਜਿਹੜਾ ਟਾਈਮ ਪਾਸ ਹੀ ਕਰਨਾ, ਜਿਹੜੀ ਜ਼ਿੰਦਗੀ ਨਿਕਲ ਗਈ ਨਿਕਲ ਗਈ, ਬਾਕੀ ਤਾਂ ਸਾਰਾ ਹੁਣ ਬੱਚਿਆਂ ਵਾਸਤੇ ਹੀ ਆ। ਬੱਚਿਆਂ ਬਾਰੇ ਜਾਣਕਾਰੀ ਦਿਓ, ਬੱਚੇ ਕੀ ਕਰਦੇ ਪਏ? ਬੱਚੇ ਪੜ੍ਹਾਈ ਕਰ ਰਹੇ, BA ਫਸਟ ਈਅਰ 'ਚ, ਬੇਟੀ ਵੀ ਅਤੇ ਬੇਟਾ ਵੀ। ਅਸੀਂ ਦੇਖਿਆ ਕਿ ਜਦੋਂ ਉਹਨਾਂ ਦੀ ਅੰਤਿਮ ਵਿਦਾਈਆਂ ਸੀ ਤਾਂ ਬੇਟੀ ਦਾ ਬਹੁਤ ਬੁਰਾ ਹਾਲ ਸੀ। ਅਜੇ ਕੀ ਕਹਿਣਾ ਚਾਹੋਗੇ, ਬੇਟੀ ਕੀ ਕਰਦੀ ਅੱਜ ਕੱਲ੍ਹ? ਕੁਛ ਨਹੀਂ, ਬੇਟੀ ਪੜ੍ਹਾਈ ਕਰਦੀ ਹੈ, ਪਰ ਟੈਨਸ਼ਨ ਬਹੁਤ ਰਹਿੰਦੀ ਪਾਪਾ ਦੀ। ਲੱਗਦਾ ਬੇਟੀ ਨਾਲ ਜ਼ਿਆਦਾ ਲਗਾਵ ਸੀ, ਕਿਸ ਤਰੀਕੇ ਦਾ ਲਗਾਵ ਸੀ ਉਹਨਾਂ ਦਾ? ਮਤਲਬ ਬੇਟੀ ਸਮਝਿਆ ਹੀ ਨਹੀਂ ਕਦੀ, ਪਿਆਰ ਸੀ ਪਾਪਾ ਨਾਲ ਜ਼ਿਆਦਾ। ਸਮਝਾਈਦਾ ਉਹਨੂੰ ਕਿ ਨਹੀਂ ਇੱਦਾਂ ਕਰਨਾ, ਪਰ ਫਿਰ ਵੀ ਬਹੁਤ ਟੈਨਸ਼ਨ ਲੈਂਦੀ ਹੈ ਜੇ ਵੀ ਉਹ। ਬੱਚਿਆਂ ਦੇ ਭਵਿੱਖ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਨੇ ਕਿਹੜੇ ਕਿਹੜੇ ਵਾਅਦੇ ਕੀਤੇ, ਕਿਹੜੇ ਕਿਹੜੇ ਪੂਰੇ ਹੋ ਗਏ? ਨੌਕਰੀ ਵਾਸਤੇ ਕਿਹਾ ਸੀ ਬੇਟੇ ਵਾਸਤੇ, ਗ੍ਰੈਜੂਏਸ਼ਨ ਕਰ ਲਊਗਾ ਬੇਟਾ ਤਾਂ ਫਿਰ ਮਿਲੇਗੀ। ਔਰ ਗੇਟ ਬਣਨ ਵਾਸਤੇ ਗਿਆ ਸੀ, ਇੱਕ ਸਕੂਲ ਦਾ ਨਾਮ ਚੇਂਜ ਹੋਇਆ ਉਹਨਾਂ ਦੇ ਨਾਮ ਦਾ, ਇੱਕ ਸਟੇਡੀਅਮ ਬਣਨਾ ਹੈ ਪਿੰਡ ਵਿੱਚ। ਬਸ ਤਕਰੀਬਨ ਪੂਰੇ ਹੋ ਹੀ ਗਏ ਸਾਰੇ। ਮੈਂ ਅੱਜ ਕੱਲ੍ਹ ਤੁਸੀਂ ਰਾਮਗੜ੍ਹ ਕੈਂਟ ਕਰ ਰਹੇ ਹਾਂ, ਉਹ ਸੂਬੇਦਾਰ ਅੰਕ ਦੇ ਨਾਲ ਨੌਕਰੀ ਕਰ ਰਹੇ ਹਾਂ। ਕੀ ਕਹਿਣਾ ਚਾਹੁੰਦੇ, ਪਹਿਲਾਂ ਵੀ ਤੁਸੀਂ ਛੁੱਟੀ ਆਉਂਦੇ ਸੀ? ਹਾਂਜੀ। ਇਸ ਵਾਰ ਛੁੱਟੀ ਆ ਕੇ ਕਿੱਦਾਂ ਲੱਗਾ? ਪਹਿਲਾਂ ਖੁਸ਼ੀ ਮਾਹੌਲ ਸੀਗਾ, ਖੁਸ਼ੀ ਦਾ ਜੋ ਦੇਖ ਕੇ ਨੌਕਰੀ ਕਰ ਰਹੇ ਸੀਗੇ। ਹੁਣ ਇੱਕ ਮਾਹੌਲ ਚੇਂਜ ਹੋ ਗਿਆ ਸਾਰਾ ਕੁਛ, ਇੱਕ ਲੋਡ ਹੀ ਜਿੱਦਾਂ ਇੱਕਦਮ ਬੰਦੇ ਦੇ ਕੰਧਿਆਂ 'ਤੇ ਪੈ ਜਾਂਦਾ। ਪਹਿਲਾਂ ਆਪਣਾ ਲੋਡ ਚੁੱਕਿਆ ਸੀਗਾ, ਕੋਈ ਪ੍ਰੋਬਲਮ ਨਹੀਂ ਸੀ, ਕੋਈ ਟੈਨਸ਼ਨ ਨਹੀਂ ਇੱਕ ਦੂਜੇ ਦੀ ਹੈਗੀ। ਹੁਣ ਥੋੜ੍ਹਾ ਜਿਹਾ ਪਰਿਵਾਰ ਦੀ ਟੈਨਸ਼ਨ ਵੀ ਹੁੰਦੀ ਹੈ, ਇਹਨਾਂ ਦੀ ਵੀ ਟੈਨਸ਼ਨ ਸਾਰਿਆਂ ਦੀ। ਪਹਿਲਾਂ ਤੁਸੀਂ ਆਪਣਾ ਹੀ ਪਰਿਵਾਰ ਦੇ, ਆਪਣਾ ਪਰਿਵਾਰ ਦੇਖਦੇ, ਉਹ ਆਪਣਾ ਦੇਖਦੇ, ਪਰਿਵਾਰ ਦੇਖਣੇ ਪੈਂਦੇ, ਮਾਂ ਬਾਪ। ਬਿਲਕੁਲ, ਹਾਂਜੀ ਹਾਂਜੀ। ਕਿਸ ਤਰ੍ਹਾਂ ਫਿਰ ਸਾਰਾ ਮੈਨੇਜ ਕਰ ਰਹੇ ਸਾਰਾ? ਦੇਖੋ ਜੀ, ਹੁਣ ਅੱਜ ਕੱਲ੍ਹ ਤਾਂ ਕੋਈ ਹੈ ਨਹੀਂ, ਸੋਸ਼ਲ ਮੀਡੀਆ ਹੈ, ਫੋਨ 'ਤੇ ਸਾਰਿਆਂ ਨਾਲ ਮੈਨੇਜ ਕਰ ਲਈਦਾ, ਉਹ ਜੋ ਛੁੱਟੀ ਆਈਦਾ ਇਹਨਾਂ ਦੇ ਕੰਮਾਂ 'ਚ ਲੱਗੇ ਰਹੀਦਾ। ਦੱਸੋ, ਜਦੋਂ ਸ਼ਹੀਦ ਹੋਏ ਨੇ ਸਤਨਾਮ ਜੀ, ਅਤੇ ਸਰਕਾਰਾਂ ਵੀ ਪਹੁੰਚੀਆਂ, ਪ੍ਰਸ਼ਾਸਨ ਵੀ ਪਹੁੰਚਿਆ, ਕਿਸ ਤਰੀਕੇ ਦੇ ਵਾਅਦੇ ਹੋਏ ਅਤੇ ਕਿਹੜੇ ਕਿਹੜੇ ਪੂਰੇ? ਸਰਕਾਰਾਂ ਨੇ ਜਿਹੜੇ ਹੁਣ ਤੱਕ ਵਾਅਦੇ ਕੀਤੇ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਸਾਡੇ ਕੈਬਨਿਟ ਮੰਤਰੀ ਪੰਜਾਬ ਦੇ, ਜਿਹੜੇ ਉਹ ਇੱਥੇ ਆਏ ਸੀਗੇ, ਭੋਗ 'ਤੇ ਵੀ ਆਏ ਸੀ, ਉਦੋਂ ਬਾਅਦ 'ਚ ਵੀ ਆਉਂਦੇ ਰਹੇ, ਪਰਿਵਾਰ ਨੂੰ ਦੀ ਫੈਮਿਲੀ ਮਿਸ ਜਤਿੰਦਰ ਕੌਰ ਵੀ ਆਉਂਦੇ ਰਹੇ ਇੱਥੇ। ਉਹ ਜਿਹੜੇ ਉਹਨਾਂ ਵਾਅਦੇ ਕੀਤੇ ਸੀਗੇ, ਇੱਕ ਤਾਂ ਸਟੇਡੀਅਮ ਬਣਨਾ ਸੀਗਾ ਪਿੰਡ ਦੇ ਵਿੱਚ, ਉਹਦਾ ਵਾਅਦਾ ਕੀਤਾ ਸੀ, ਉਹ ਕੱਲ੍ਹ ਨੂੰ ਨੀਂਹ ਪੱਥਰ ਰੱਖ ਰਹੇ ਨੇ। ਗੇਟ ਦਾ ਵਾਅਦਾ ਕੀਤਾ ਸੀ ਉਹਨਾਂ ਨੇ, ਗੇਟ ਉਹਨਾਂ ਨੇ ਲਗਭਗ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਬਰਸੀ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰੀਏ, ਲੇਕਿਨ ਮੌਸਮ ਇਸ ਤਰ੍ਹਾਂ ਹੋਣ ਕਰਕੇ ਥੋੜ੍ਹਾ ਜਿਹਾ ਨਹੀਂ ਮੁਕੰਮਲ ਹੋ ਪਾਇਆ। ਔਰ ਬਾਕੀ ਉਹਨਾਂ ਨੇ ਕੁਛ ਫੰਡਸ ਵਗੈਰਾ ਦੇਣੇ ਸ਼ੁਰੂ ਕੀਤੇ, ਵਾਅਦੇ ਕੀਤੇ ਸੀ ਵੀ ਦਵਾਵਾਂਗੇ ਪੰਜਾਬ ਗੌਰਮੈਂਟ ਵੱਲੋਂ, ਉਹ ਸਾਰੇ ਜਿਹੜੇ ਫੰਡ ਸੀ ਉਹ ਸਾਰੇ ਸਾਡੇ ਕੋਲ ਆ ਗਏ ਨੇ। ਔਰ ਬਾਕੀ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਪੂਰੀ ਉਤਰ ਰਹੀ ਹੈ, ਔਰ ਨੌਕਰੀ ਦਾ ਵਾਅਦਾ ਸੀ ਕੀਤਾ ਉਹਨਾਂ ਨੇ, ਉਹਦੀ ਅਪਡੇਟ ਮੰਗਦੇ ਰਹਿੰਦੇ ਲਗਾਤਾਰ ਸਾਡੇ ਕੋਲ, ਉਹ ਅਸੀਂ ਅਪਡੇਟ ਦਿੰਦੇ ਰਹਿੰਦੇ ਉਹਨਾਂ ਨੂੰ। ਉਹ ਮੈਨੂੰ ਆਸ ਆ ਕਿ ਪੰਜਾਬ ਗੌਰਮੈਂਟ ਨੌਕਰੀ ਦਾ ਵਾਅਦਾ ਵੀ ਜਲਦੀ ਪੂਰਾ ਕਰੇਗੀ।